ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਬੱਬੂ ਮਾਨ ਦਾ ਇੱਕ ਨਵਾਂ ਰਿਪਲਾਈ ਆਇਆ, ਇਹਦੇ ਮੱਖ ਬਹੁਤ ਲੜਦੀ ਆ, ਬਹੁਤ ਜ਼ਿਆਦਾ ਅੰਦਰੋਂ ਭੁੱਜਿਆ ਪਿਆ, ਇਸੇ ਕਰਕੇ ਜਦ ਵੀ ਇਹਨੂੰ ਮੌਕਾ ਮਿਲਦਾ ਆਪਾਂ ਨੂੰ ਇਹ ਰਿਪਲਾਈ ਜ਼ਰੂਰ ਕਰਦਾ। ਨਾਂ ਲੈਣ ਦੀ ਹਿੰਮਤ ਹੈ ਨਹੀਂ ਇਹ 'ਚ, ਪਰ ਦਿਖਾ ਜਾਂਦਾ ਵੀ ਹਾਂ ਵੀ ਇਹਦੀ ਕਿੰਨੀ ਕੁ ਔਕਾਤ ਆ। ਉੱਥੇ ਭੈਣਾ ਭੈਣਾ ਕਰਕੇ ਸਟੇਜ 'ਤੇ ਖੜ ਕੇ ਕੁੜੀਆਂ ਦੀ ਸਿੰਪਥੀ ਲੈਣ ਦੀ ਕੋਸ਼ਿਸ਼ ਕਰ ਰਿਹਾ, ਕਹਿੰਦਾ ਮੁੰਡਾ ਕੋਈ ਵੈਸਟਰਨ ਕੱਪੜੇ ਪਾਉਂਦਾ ਤਾਂ ਕੋਈ ਫਰਕ ਨਹੀਂ, ਕੁੜੀ ਸਕਰਟ ਪਾਉਂਦੀ ਆ ਤਾਂ ਖਤਰਾ ਆ, ਮੁੰਡਾ ਟੈਟੂ ਬਣਾਉਂਦਾ ਤਾਂ ਕੋਈ ਗੱਲ ਨਹੀਂ, ਕੁੜੀ ਬਣਾਵੇ ਤਾਂ ਖਤਰਾ ਆ, ਮੁੰਡਾ ਆਸ਼ਕੀ ਕਰੇ ਤਾਂ ਕੋਈ ਗੱਲ ਨਹੀਂ, ਕੁੜੀ ਕਰਦੀ ਆ ਤਾਂ ਖਤਰਾ ਆ, ਮੁੰਡਾ ਨੱਚਦਾ ਕੋਈ ਗੱਲ ਨਹੀਂ, ਕੁੜੀ ਨੱਚੇ ਤਾਂ ਖਤਰਾ ਆ। ਉਹ ਮਲੰਗਾ ਪਹਿਲਾਂ ਮੈਨੂੰ ਇਹ ਦੱਸ, ਮੇਰੀ ਇੱਕ ਵੀ ਵੀਡੀਓ ਦੇ ਵਿੱਚ ਮੈਂ ਦੋਹਾਂ ਦੇ ਵਿੱਚ ਕੋਈ ਫਰਕ ਕੀਤਾ ਹੋਵੇ ਮੁੰਡੇ ਕੁੜੀ ਦੇ ਵਿੱਚ। ਜੇ ਕੁੜੀਆਂ ਨੂੰ ਰੋਕਦਾ ਤਾਂ ਮੁੰਡਿਆਂ ਨੂੰ ਵੀ ਬਰਾਬਰੇ ਰੋਕਦਾ, ਸਾਰਿਆਂ ਨੂੰ ਕਹਿਣਾ ਕਿ ਦਸ਼ਮੇਸ਼ ਪਿਤਾ ਨੇ ਜੋ ਸਾਨੂੰ ਰਹਿਤ ਮਰਿਆਦਾ ਬਖਸ਼ੀ ਆ ਉਹਦੇ ਤੇ ਚੱਲੋ। ਤੁਹਾਡੇ ਵਰਗੇ ਮਲੰਗ ਕਹਿ ਦਿੰਦੇ, ਕਹਿੰਦੀ ਆ ਕਿ ਤੁਹਾਡੇ ਵਰਗੇ ਮਲੰਗ ਕਹਿੰਦੇ, ਬਾਣੀ ਕਹਿੰਦੀ ਆ ਬਈ ਜਿਹੜਾ ਹੱਸਣਾ ਕੁੱਦਣਾ ਨੱਚਣਾ ਟੱਪਣਾ ਆ ਜੋ ਆ ਇਹ ਮਨ ਦਾ ਚਾਅ ਆ। ਮੈਨੂੰ ਇਹ ਗੱਲ ਦਾ ਆਂਸਰ ਦੇ ਦਿਓ ਕਿ ਗੁਰਬਾਣੀ ਨੇ ਮਨ ਦੇ ਚਾਅ ਮਗਰ ਲੱਗਣ ਦੇ ਲਈ ਕਦੋਂ ਕਿਹਾ, ਕਦੋਂ ਕਿਹਾ? ਬਾਣੀ ਸਿਰਫ ਨੌਲੇਜ ਦੇ ਰਹੀ ਹੈ ਕਿ ਮਨ ਦਾ ਚਾਅ ਆ ਇਹ, ਪਰ ਮਨਮੁਖ ਤਾਂ ਅਸੀਂ ਬਣਨਾ ਹੀ ਨਹੀਂ। ਬਾਣੀ ਤਾਂ ਹਮੇਸ਼ਾ ਸਾਨੂੰ ਕਹਿੰਦੀ ਅਸੀਂ ਗੁਰਮੁਖ ਬਣਨਾ, ਅਸੀਂ ਗੁਰੂ ਦੀ ਸੁਣਨੀ ਆ, ਮਨਮੁਖ ਤਾਂ ਬਣਨਾ ਹੀ ਨਹੀਂ। ਮਨ ਦਾ ਚਾਅ ਆ ਇਹ ਦੱਸਿਆ, ਪਰ ਇਹ ਨਹੀਂ ਕਿਹਾ ਕਿ ਨੱਚਣਾ ਕੁੱਦਣਾ ਤੁਹਾਡੀ ਇਹ ਗੁਰਮਤ ਆ, ਤੁਹਾਨੂੰ ਇਹ ਕੁਛ ਕਰਨਾ ਚਾਹੀਦਾ। ਦੱਸੋ ਸਾਡਾ ਸ਼ਹੀਦ ਕਿਹੜਾ ਨੱਚਿਆ ਆ, ਪੁਰਾਤਨ ਜੋ ਸ਼ਹੀਦ ਹੋਏ ਨੇ ਪੁਰਾਣੇ ਸਮਿਆਂ ਦੇ ਵਿੱਚ, ਕਿਹੜਾ ਸ਼ਹੀਦ ਨੱਚਿਆ ਸਾਡੇ ਗੁਰੂ ਸਾਹਿਬਾਨਾਂ ਚੋਂ, ਕੌਣ ਨੱਚਿਆ? ਭਾਵੇਂ ਮੁੰਡਾ ਭਾਵੇਂ ਕੁੜੀ, ਹਰ ਇੱਕ ਦੇ ਲਈ ਇਹ ਨੱਚਣਾ ਠੀਕ ਨਹੀਂ ਹੈਗਾ। ਮੈਂ ਖੁਦ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਵਾਰ ਨੱਚ ਬੈਠਿਆ ਸੀਗਾ, 2011-12 ਦੀਆਂ ਗੱਲਾਂ ਨੇ, ਇੰਨਾ ਪਛਤਾਵਾ, ਕਿਉਂਕਿ ਉਸ ਸਮੇਂ ਨੌਲੇਜ ਨਹੀਂ ਸੀਗੀ ਇਹਨਾਂ ਚੀਜ਼ਾਂ ਦੀ। ਵਾਹਿਗੁਰੂ ਤੋਂ ਮਾਫ਼ੀ ਮੰਗੀ, ਕਿਹਾ ਕਿ ਮੇਰੇ ਗਾਤਰ ਪਾ ਹੋਇਆ, ਮੈਂ ਡੀਜੇ 'ਤੇ ਨੱਚਣ ਲੱਗ ਗਿਆ, ਲੱਖ ਲਾਹਣਤਾਂ ਸਾਡੇ 'ਤੇ, ਆਪਣੇ ਆਪ ਨੂੰ ਲਾਹਣਤਾਂ ਪਾਈਆਂ। ਉਸ ਮੈਨੂੰ ਤਾਂ ਕੋਈ ਸਮਝਾਉਣ ਵਾਲਾ ਹੈ ਨਹੀਂ ਸੀ, ਆਪੇ ਅੰਦਰੋਂ ਹੀ ਆਵਾਜ਼ ਆਈ, ਆਪੇ ਅੰਦਰੋਂ ਲਾਹਣਤਾਂ ਪਾਈਆਂ, ਅਤੇ ਉਹ ਚੀਜ਼ ਤੋਂ ਪਰੇ ਹੋ ਗਏ, ਅਤੇ ਅੱਜ ਲੱਚਰਤਾ ਦੇ ਖਿਲਾਫ਼ ਖੜ੍ਹੇ ਹਾਂ। ਅਤੇ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਤਾਂ ਜੀ ਕਿ ਕੁੜੀਆਂ ਨੂੰ ਸਮਾਜ ਦੇ ਵਿੱਚ ਮਾਰਿਆ ਜਾ ਰਿਹਾ, ਮੁੰਡਿਆਂ ਦੀ ਕੋਈ ਪਰਵਾਹ ਨਹੀਂ। ਅਸੀਂ ਕਦ ਕਹਿੰਦੇ ਹਾਂ ਕਿ ਮੁੰਡੇ ਵੀ ਗਲਤ ਕੰਮ ਕਰਨ? ਅਸੀਂ ਕਹਿੰਦੇ ਵੈਸਟਰਨ ਕੱਪੜੇ ਪਾਉਣੇ ਆ, ਪਾਓ, ਪਰ ਉਹਦੇ ਵਿੱਚ ਨਗੇਜ ਨਹੀਂ ਚਾਹੀਦਾ। ਬਾਣੀ ਕਹਿੰਦੀ ਆ ਬਾਬਾ ਹੋਰ ਪਹਿਨਣ ਖੁਸ਼ੀ ਕੁਵਾਰ, ਜਿੱਤ ਪਹਿੰਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਗੁਰਬਾਣੀ ਕਹਿੰਦੀ ਆ ਕਿ ਅਜਿਹਾ ਪਹਿਨਣਾ ਖੁਸ਼ੀਆਂ ਨੂੰ ਖੁਵਾਰ ਕਰ ਦਿੰਦਾ, ਜਿਹਦੇ ਪਹਿਨਣ ਦੇ ਨਾਲ ਅਸੀਂ ਤਨ ਨੂੰ ਪੀੜਦੇ ਹਾਂ, ਟਾਈਟ ਕੱਪੜੇ ਪਾਉਂਦੇ ਹਾਂ, ਕਿਤੇ ਮਨ ਵਿੱਚ ਵਿਕਾਰ ਚੱਲਦੇ ਨੇ, ਗੰਦੇ ਖਿਆਲ ਚੱਲਦੇ ਨੇ, ਇਹ ਸਾਰਾ ਕੁਛ ਖੁਵਾਰ ਕਰਨ ਵਾਲੀਆਂ ਚੀਜ਼ਾਂ ਨੇ, ਇਹਨਾਂ ਤੋਂ ਬਚੋ। ਕੱਪੜੇ ਨਾਲ ਦਿੱਕਤ ਨਹੀਂ, ਦਿੱਕਤ ਆ ਅਸ਼ਲੀਲਤਾ ਨਾਲ। ਫਿਰ ਅੱਗੋਂ ਕਹਿੰਦਾ ਕਿ ਕੱਲ ਨੂੰ ਜੀ ਕਹਿੰਦਾ ਫੇਸਬੁੱਕ 'ਤੇ ਕਿਸੇ ਨੇ ਪਾ ਦੇਣਾ ਜੀ ਸੱਭਿਆਚਾਰ ਤਬਾਹ ਹੋ ਗਿਆ, ਕੁੜੀ ਸਟੇਜ 'ਤੇ ਨੱਚ ਪਈ, ਇੱਕ ਛੋਟੀ ਜਿਹੀ ਬੱਚੀ ਉੱਥੇ ਨੱਚ ਰਹੀ ਸੀਗੀ, ਕਹਿੰਦਾ ਕਹਿ ਦੇਣਾ ਇਹਨਾਂ ਨੇ। ਅਤੇ ਅੱਗੋਂ ਕਹਿੰਦਾ ਜਿਹੜੀਆਂ ਕੁੜੀਆਂ ਆਰਕੈਸਟਰਾ ਵਾਲੀਆਂ ਨੇ ਸਟੇਜਾਂ 'ਤੇ ਨੱਚਦੀਆਂ ਨੇ, ਕਹਿੰਦਾ ਕਿਸੇ ਨੇ ਉਹਨਾਂ ਨੂੰ ਪੈਨਸ਼ਨ ਲਾਈ ਤਾਂ ਮੈਨੂੰ ਇਹ ਦੱਸ, ਪੈਨਸ਼ਨ ਨੂੰ ਉਹ ਬੁੜੀਆਂ ਹੋ ਗਈਆਂ? ਉਹਦੇ ਹੱਥ ਪੈਰ ਕੰਮ ਨਹੀਂ ਕਰਦੇ? ਜਿਹੜੀ 3 ਘੰਟੇ ਨੱਚ ਸਕਦੀ ਆ ਉਹਦੇ ਲਈ ਦਿਹਾੜੀ ਕਰਨੀ ਕੀ ਵੱਡੀ ਗੱਲ ਆ? ਉਹਦੇ ਲਈ ਕੋਈ ਕੰਮ ਕਾਰ ਕਰਨਾ, ਸਿਲਾਈ ਕਢਾਈ ਕਰਨ ਦਾ ਕੰਮ ਕਾਰ ਕਰ ਲਵੇ, ਕੋਈ ਵੀ ਕਰ ਲਵੇ, ਕੰਮ ਮੁੱਕ ਗਏ ਦੁਨੀਆ 'ਤੇ ਨਾ? ਦੁਨੀਆ 'ਤੇ ਜਿੰਨੇ ਵੀ ਗਰੀਬ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਚੱਜ ਦੇ ਨਾਲ, ਉਹ ਸਾਰੇ ਆਪਣੀਆਂ ਧੀਆਂ ਭੈਣਾਂ ਨੂੰ ਸਟੇਜਾਂ 'ਤੇ ਨਚਾਉਂਦੇ ਨੇ, ਗਰੀਬੀ ਦੂਰ ਕਰਨ ਦੇ ਲਈ, ਰੋਟੀ ਖਾਣ ਦੇ ਲਈ, ਸਿਰ 'ਤੇ ਮਕਾਨ ਦੇ ਲਈ,
ਪੜ੍ਹਾਈ ਲਿਖਾਈ ਦੇ ਲਈ ਆ ਨੱਚਣਾ ਹੀ ਰਹਿ ਗਿਆ ਧੰਦਾ, ਪੈਨਸ਼ਨ ਕਾਹਦੇ ਨੂੰ ਆਉਂਦੀ? ਹੱਥ ਅਰ ਟੁੱਟੇ ਹੋਏ ਨੇ, ਕੰਮ ਨਹੀਂ ਕਰਦੇ ਹੱਥ ਪੈਰ। ਜੇ ਮੈਂ ਬੱਬੂ ਮਾਨ ਨੂੰ ਸਵਾਲ ਕਰਨਾ ਚਾਹੁੰਦਾ ਕਿ ਤੂੰ ਇਹ ਦੱਸ ਦੇ ਕਿ ਤੇਰੇ ਤੇ ਗਰੀਬੀ ਆ ਜਾਵੇ, ਅੱਤ ਦੀ ਗਰੀਬੀ ਆ ਜਾਵੇ, ਤੇਰੇ ਕੋਲ ਇੱਕ ਟਾਈਮ ਦਾ ਖਾਣ ਜੋਗਾ ਵੀ ਨਾ ਬਚੇ, ਤੂੰ ਆਪਣੀ ਧੀ ਨੂੰ ਸਟੇਜ ਤੇ ਚਾੜ ਦੇਗਾ? ਆਪਣੀ ਧੀ ਭੈਣ ਨੂੰ ਆਰਕੈਸਟਰਾ ਬਣਾਏਗਾ ਵੀ ਦਿਹਾੜੀ ਦਾ 5000 ਰੁਪਇਆ ਜਾਂ 2000 ਰੁਪਇਆ ਜਿੰਨਾ ਵੀ ਉਹਨੂੰ ਮਿਲਦਾ ਆ ਵੀ ਉਹਨਾਂ ਲੈ ਕੇ ਆਵੇ ਘਰ ਨੂੰ ਉਹ, ਤਾਂ ਕਿ ਤੇਰਾ ਘਰ ਸਹੀ ਚੱਲ ਪਵੇ? ਕਰ ਲੇਗਾ ਤੂੰ? ਕਿਸੇ ਗੱਲ ਦਾ ਜਵਾਬ ਹੈਗਾ ਪੁੱਤ? ਇੱਥੇ ਜਦ ਤੈਨੂੰ ਘੇਰਨ ਨੂੰ ਖੜਾ ਸੀ ਨਾ ਮੈਂ ਡੀਲੇਟ 15 ਮਿੰਟ ਤੋਂ ਗੱਡੀ ਚੋਂ ਨਹੀਂ ਨਿਕਲਿਆ, ਤੇ ਜਦੋਂ ਤੇਰੇ ਮੂਹਰੇ ਆਇਆ ਮੈਂ ਫਤਿਹ ਗਜਾਈ ਆ ਤੈਨੂੰ, ਤਾਂ ਨੀਵੀਂ ਪਾ ਲਈ, ਅੱਖ ਨਾਲ ਅੱਖ ਵੀ ਨਹੀਂ ਸੀ ਮਿਲਾ ਹੁੰਦੀ ਜਦੋਂ, ਹੱਥ ਵੀ ਮਿਲਾਇਆ ਤੇਰੇ ਨਾਲ ਮੈਂ, ਕਿਹਾ ਤੈਨੂੰ ਕਿ ਮੇਰੇ ਸਵਾਲਾਂ ਦੇ ਜਵਾਬ ਦੇ, ਕਹਿੰਦਾ ਹਾਂਜੀ ਹਾਂਜੀ ਐਂ ਕਰਦਾ ਸੀਗਾ, ਪੁੱਛੋ ਪੁੱਛੋ, ਤੇ ਨਾਲ ਦੇ ਨੇ ਜਦੇ ਮੋਬਾਈਲ ਖਿੱਚਿਆ ਭੱਜ ਕੇ ਜਦੇ ਅੰਦਰ ਵੜ ਗਿਆ, ਜੇ ਦਮ ਹੁੰਦਾ ਨਾ ਤੇਰੇ ਚ ਨੂੰ ਨਾਲ ਦੇ ਨੂੰ ਕਹਿੰਦਾ ਕਾਕਾ ਖੜ ਮੋਬਾਈਲ ਨਹੀਂ ਖਿੱਚਣਾ ਮੁੰਡੇ ਦਾ, ਜਦਕਿ ਮੈਂ ਵੀਡੀਓ ਵੀ ਨਹੀਂ ਬਣਾ ਰਿਹਾ ਸੀ, ਤੂੰ ਕਹਿੰਦਾ ਕਿ ਬਣਾ ਵੀਡੀਓ, ਆਪਾਂ ਹੁਣੇ ਖੜ ਕੇ ਕਰਦੇ ਹਾਂ ਗੱਲ, ਉਹ ਮਰਦਾਂ ਵਾਲੀ ਗੱਲ ਕਰੀਦੀ ਹੁੰਦੀ ਆ, ਜਦੋਂ ਤੇਰੇ ਮੂਹਰੇ ਜਾ ਕੇ ਖੜਿਆ ਉਦੋਂ ਤੈਨੂੰ ਮੌਤ ਪੈ ਗਈ, ਉਹਨੇ ਮਾੜਾ ਜਿਹਾ ਮੋਬਾਈਲ ਖਿੱਚਿਆ ਤੂੰ ਭੱਜ ਕੇ ਜਦੇ ਅੰਦਰ ਬਣਿਆ, ਇੱਕ ਪਾਸੇ ਤੂੰ ਕਹਿ ਰਿਹਾ ਹਾਂਜੀ ਪੁੱਛੋ ਸਵਾਲ ਕੀ ਪੁੱਛਣਾ, ਤੇ ਜਦੋਂ ਅਗਲਾ ਮੋਬਾਈਲ ਖਿੱਚਦਾ ਤੂੰ ਭੱਜ ਕੇ ਅੰਦਰ ਵੜ ਰਿਹਾ, ਕਾਹਦਾ ਡਰ ਸੀ ਤੈਨੂੰ? 9 ਅਪ੍ਰੈਲ ਰਾਤ ਦੀ ਲਗਭਗ 11-12 ਵਜੇ ਦੀ ਗੱਲ ਆ ਜਦੋਂ ਇੱਥੇ ਐਡੀਲੇਡ ਆਇਆ ਸੀ, ਮੁੜ ਕੇ ਸਪੌਂਸਰ ਨੂੰ ਕਹਿੰਦਾ, ਕਹਿੰਦਾ ਮੈਨੂੰ ਪਤਾ, ਕਹਿੰਦਾ ਤੂੰ ਕਰਵਾਇਆ ਇਹ ਸਾਰਾ ਕੁਝ, ਬੰਦਾ ਤੇਰੇ ਕਰਕੇ ਆਗੇ ਖੜਿਆ ਸੀ, ਕਹਿੰਦਾ ਤੂੰ ਖੜਾਤਾ ਬੰਦੇ ਨੂੰ ਉੱਥੇ, ਉਹ ਇਹਦਾ ਤੇ ਉਹ ਬੇਸ਼ਰਮਾ ਤੇਰੇ ਜਿਹੜੇ ਉੱਥੇ ਫੈਨ ਖੜੇ ਸੀ ਉਹਨਾਂ ਤੇ ਵੀ ਮੂੰਹ ਮੁੜ ਗਏ ਵੀ ਬੱਬੂ ਮਾਨ ਨੇ ਖੜ ਕੇ ਗੱਲ ਨਹੀਂ ਕੀਤੀ, ਜੇ ਦਮ ਹੁੰਦਾ ਨਾ ਤੇਰੇ ਚ ਤੂੰ ਉੱਥੇ ਹੀ ਕਹਿੰਦਾ ਕਿ ਕਾਕਾ ਉਹ ਲਾਈਵ ਆਪਣੇ ਪੇਜ ਤੇ, ਅੱਜ ਮੇਰੇ ਸਾਹਮਣੇ ਖੜੇ ਹੋ ਤੇ ਤੈਨੂੰ ਤੇਰੀ ਇਕੱਲੀ ਇਕੱਲੀ ਗੱਲ ਦਾ ਜਵਾਬ ਦਿੰਦਾ ਆ। ਇਹ ਤਾਂ ਹੈ ਨਹੀਂ ਕਿ ਤੂੰ ਮੈਨੂੰ ਇਗਨੋਰ ਕਰਦਾ, ਹਰ ਇੱਕ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦਾ ਜਦੋਂ ਵੀ ਤੂੰ ਇਹ ਚੀਜ਼ ਦੇ ਵਿਸ਼ੇ ਤੇ ਬੋਲਦਾ ਕਿ ਮੈਂ ਕੋਈ ਜਵਾਬ ਦਵਾਂ। ਖੱਚ ਤੂੰ ਆ ਸਭ ਤੋਂ ਵੱਡੀ ਪੰਜਾਬ ਦੀ, ਪੰਜਾਬ ਦੇ ਨੌਂ ਤੇ ਕਲੰਕ, ਜਿਹੜੀਆਂ ਧੀਆਂ ਭੈਣਾਂ ਦੀ ਤੂੰ ਸਿੰਪਤੀ ਲੈਣ ਦੀ ਕੋਸ਼ਿਸ਼ ਕਰਦਾ ਉੱਥੇ ਖੜ ਕੇ ਭੈਣ ਭੈਣ ਕਰਦਾ, ਨਾ ਗੀਤਾਂ 'ਚ ਤੂੰ ਕਿਹੜੀਆਂ ਦੀਆਂ ਫਿਰ ਹਿੱਕਾਂ ਮਿਲਣ ਦੀ ਗੱਲ ਕਰਦਾ, ਕਿਹਨਾਂ ਦੀਆਂ ਬਾਹਾਂ ਫੜਨ ਦੀ ਗੱਲ ਕਰਦਾ ਆ, ਕਮਾਦ ਦੇ ਵਿੱਚ ਜਾ ਕੇ ਮਿਲਣ ਦੀ ਕਿਹਦੀ ਗੱਲ ਕਰਦਾ ਆ ਤੂੰ, ਪਿਛਲੀ ਗਲੀ ਵਿੱਚ ਮਿਲਣ ਦੀ ਕਿਹਦੇ ਨਾਲ ਗੱਲ ਕਰਦਾ ਆ ਤੂੰ, ਨਾ ਉਹ ਕਿਹੜੀਆਂ ਕੁੜੀਆਂ ਨੇ ਗੀਤਾਂ ਵਾਲੀਆਂ ਸਾਉਣ ਦੀ ਝੜੀ 'ਚ ਨੱਚਣ ਦੀਆਂ ਗੱਲਾਂ ਕਰਦਾ, ਬਾਰਿਸ਼ ਦੇ ਬਹਾਨੇ ਜਵਾਨੀ ਦੇ ਮਜ਼ੇ ਲੈਣ ਦੀਆਂ ਗੱਲਾਂ ਕਰਦਾ, ਕਿਹੜੀਆਂ ਕੁੜੀਆਂ ਨੇ? ਉਹ ਮੰਗਲ ਗ੍ਰਹਿ ਤੇ ਰਹਿੰਦੀਆਂ ਨੇ ਕੋਈ ਕੁੜੀਆਂ? ਕਿੱਥੇ ਦੀਆਂ ਕੁੜੀਆਂ? ਮੰਗਲ ਗ੍ਰਹਿ ਤੇ ਰਹਿਣ ਵਾਲੀਆਂ ਕੁੜੀਆਂ ਨੇ ਉਹ ਕੋਈ, ਜਿਨ ਦੀਆਂ ਗੱਲਾਂ ਤੂੰ ਗੀਤਾਂ 'ਚ ਕਰਦਾ? ਪੰਜਾਬ ਦੀਆਂ ਧੀਆਂ ਭੈਣਾਂ ਨੇ ਸਟੇਜਾਂ ਤੇ ਆ ਕੇ ਤੁਸੀਂ ਭੈਣਾਂ ਭੈਣਾਂ ਕਰਨ ਲੱਗ ਜਾਓ ਨਾ, ਗੀਤਾਂ 'ਚ ਕੁੜੀਆਂ ਦੇ ਸਰੀਰ ਦਾ ਕੋਈ ਅੰਗ ਨਹੀਂ ਛੱਡਦੇ ਤੁਸੀਂ, ਜਿਹਦਾ ਜ਼ਿਕਰ ਨਾ ਕਰੋ। ਕਹਿਣ ਲੱਗ ਜਾਣਗੇ ਜੀ ਫੇਸਬੁੱਕ, ਉਹ ਫੇਸਬੁੱਕ ਨੇ ਤਾਂ ਤੁਹਾਨੂੰ ਹਲਾਇਆ ਪਿਆ, ਕਾਕਾ ਤੂੰ ਤਾਂ ਇੱਕ ਵੀ ਰਿਪਲਾਈ ਨਾ ਕਰਦਾ, ਤੇਰੇ ਜਿਹੜੀ ਮੱਖ ਲੜਦੀ ਆ ਤੇਰੇ ਫੇਸਬੁੱਕ ਲਾਈਵ ਦੇਖ ਕੇ ਲੜੀ ਜਾਂਦੀ ਆ, ਜਿੱਦਣ ਪ੍ਰੋਫੈਸ਼ਨਲੀ ਲੈਵਲ ਤੇ ਗਾਉਣਾ ਸ਼ੁਰੂ ਕੀਤਾ, ਭਾਵੇਂ ਮੈਂ ਆ ਭਾਵੇਂ ਹੋਰ ਵੀਰ ਨੇ ਜਿਹੜੇ ਸਾਡੇ ਨਾਲ ਨੇ, ਤੁਹਾਡਾ ਕੀ ਬਣੂ ਯਾਰ? ਅਸੀਂ ਤਿਆਰੀ ਕਰ ਰਹੇ ਹਾਂ ਹੁਣ ਇੱਕ ਗੀਤ ਦੀ, ਵੀਡੀਓ ਡਾਇਰੈਕਟਰ ਨਾਲ ਵੀ ਗੱਲ ਹੋ ਗਈ, ਮਿਊਜ਼ਿਕ ਡਾਇਰੈਕਟਰ ਨਾਲ ਵੀ ਗੱਲ ਹੋ ਗਈ, ਕਰਾਂਗੇ ਰੂਬਰੂ। ਤੇ ਤੇਰਾ ਜਿਹੜਾ ਉਹ ਮੈਂ ਤੈਨੂੰ ਕਹਿ, ਜਿਹੜਾ ਐਡੀਲੇਡ ਤੈਨੂੰ ਟੱਕਰਿਆ ਨਾ ਮੈਂ, ਜਿਹੜੀ ਉਹ ਘਟਨਾ ਹੋਈ ਆ ਉਹਦੇ ਵਿੱਚ ਜੇਕਰ ਪ੍ਰੋਪਰ ਵੀਡੀਓ ਬਣਾ ਕੇ ਪਾਊਂਗਾ ਮੈਂ, ਲੋਕਾਂ ਨੂੰ ਤੇਰਾ ਚਿਹਰਾ ਦਿਖਾਉਣਾ ਕਿ ਕਿੰਨੇ ਕੁ ਯੋਗਾਂ ਤੂੰ, ਤੂੰ ਸਟੇਜਾਂ ਦੀ ਬਕਵਾਸ ਕਰ ਸਕਦਾ, ਤੇਰੇ ਚੇਲੇ ਕਹੀ ਜਾਂਦੇ ਨੇ ਤੂੰ ਮੋਹਾਲੀ ਆ ਕੇ ਮਿਲਦਾ, ਤੂੰ ਫਲਾਣੀ ਜਗ੍ਹਾ ਮਿਲਦਾ, ਨਾ ਇੱਥੇ ਖੜਾ ਸੀ ਮੈਂ ਮੂਹਰੇ, ਜੇ ਬੰਦਿਆਂ ਵਾਲੀ ਗੱਲ ਹੁੰਦੀ ਹੈ ਚ ਮੈਂ ਛੱਡ ਯਾਰ, ਕੋਈ ਵੀ ਹੋਵੇ, ਕੋਈ ਵੀ ਨੌਜਵਾਨ ਹੋਵੇ, ਹਰ ਇੱਕ ਨੂੰ ਹੱਕ ਆ ਸਵਾਲ ਕਰਨ ਦਾ, ਮੈਨੂੰ ਘੇਰੋ ਜਿੱਥੇ ਮਰਜ਼ੀ ਜੋ ਮਰਜ਼ੀ ਪੁੱਛੋ, ਆਪਾਂ ਜਵਾਬ ਦੇਵਾਂਗੇ। ਮੇਰੇ ਘਰੇ 5-6 ਮੁੰਡੇ ਆਏ ਸੀ,
ਮੈਂ ਤਾਂ ਖੜਾ ਰਿਹਾ ਉੱਥੇ, ਨਹੀਂ ਮੈਂ ਕਹਿ ਦਿੰਦਾ ਲਓ ਜੀ ਮੈਂ ਤਾਂ ਪੁਲਿਸ ਸੱਦਣ ਲੱਗਿਆ, ਤੁਸੀਂ ਕਿਵੇਂ ਆ ਸਕਦੇ ਹੋ ਮੇਰੀ ਮਰਜ਼ੀ ਤੋਂ ਬਿਨਾਂ, ਤੁਸੀਂ ਮੇਰੀ ਮਰਜ਼ੀ ਤੋਂ ਬਿਨਾਂ ਵੀਡੀਓ ਕਿਵੇਂ ਬਣਾ ਸਕਦੇ ਹੋ? ਨਾ, ਆਪਾਂ ਵੀਰ ਭਾਈ ਕਹਿ ਕੇ ਗੱਲ ਕੀਤੀ, ਕੋਈ ਗੱਲ ਨਹੀਂ। ਉਹ ਤੈਨੂੰ ਤਾਂ ਫਤਿਹ ਦਾ ਜਵਾਬ ਵੀ ਫਤਿਹ ਚ ਨਹੀਂ ਦੇ ਹੋਇਆ, ਅੱਖਾਂ ਨਾਲ ਅੱਖਾਂ ਨਹੀਂ ਮਿਲਾ ਹੋਈਆਂ ਜਦੋਂ ਤੇਰੇ ਮੈਂ ਮੂਹਰੇ ਖੜੇ ਆ। ਈਵਨ ਕਿ ਜਿਹੜੇ ਇਹਦੇ ਫੈਨ ਸੀਗੇ ਬੰਦੇ, ਉਹ ਮੁੰਡੇ ਮੈਨੂੰ ਬਾਅਦ ਚ ਮਿਲੇ, ਕਹਿੰਦੇ ਯਾਰ ਬਈ ਉਹ ਬੰਦਾ ਖੇ ਕਰ ਗਿਆ, ਕਹਿੰਦੇ ਸਾਨੂੰ ਆਸ ਸੀਗੀ ਵੀ ਖੜ ਕੇ। ਉਹ ਬੰਦੇ ਬੜੇ ਚਾਅ ਚ ਖੜੇ ਸੀ, ਮੈਂ ਪਹਿਲਾਂ ਹੀ ਆ ਕੇ ਖੜਾ ਸੀ ਉੱਥੇ, ਇਹਦੇ ਉੱਥੇ ਆਉਣ ਤੋਂ ਪਹਿਲਾਂ ਉੱਥੇ ਲਗਭਗ 40-50 ਬੰਦੇ ਇਕੱਠੇ ਹੋਣੇ ਨੇ, ਕਿਉਂਕਿ ਇਹਦਾ ਸਵਾਗਤ ਕਰਨ ਨੂੰ ਖੜੇ ਸੀ ਉਹ ਹੋਟਲ ਦੇ ਵਿੱਚ ਵੀ ਗਾਹਾਂ ਜਦੋਂ ਸ਼ੋਅ ਖਤਮ ਹੋਇਆ। ਉਹ ਬੰਦਿਆਂ 'ਚ ਖੜ ਕੇ ਮੈਂ ਗੱਲਾਂ ਕੀਤੀਆਂ, ਚਲੋ ਮੁੰਡਿਆਂ ਦਾ ਬਿਹੇਵ ਚੰਗਾ ਸੀਗਾ, ਉਹ ਕਹਿੰਦੇ ਠੀਕ ਆ ਤੂੰ ਕਰ ਲਾ ਸਵਾਲ ਜੋ ਕਰਨੇ ਨੇ। ਦੋ ਕੁ ਸੀਗੇ ਜਿਹਨਾਂ ਦੇ ਬਹੁਤੀ ਮੱਖ ਲੜਦੀ ਸੀ ਇਹਦੇ ਵਾਂਗ, ਕਰਦੇ ਸੀਗੇ ਤੜਫੜ ਜੀ। ਉਹ ਮੁੰਡੇ ਕਹਿੰਦੇ ਯਾਰ ਤੁਸੀਂ ਸਾਈਡ 'ਤੇ ਹੋ, ਮੈਂ ਕਿਹਾ ਯਾਰ ਤੁਹਾਡੇ ਨਾਲ ਮੇਰੀ ਗੱਲ ਹੈ ਨਹੀਂ, ਮੈਂ ਗੱਲ ਕਰਨਾ ਹੈ ਬੱਬੂ ਮਾਨ ਦੇ ਨਾਲ। ਬੜੀ ਆਸ ਸੀ ਉਹਨਾਂ ਨੂੰ, ਤੂੰ ਖੇ ਕਰਤੀ ਮਲੰਗਾ ਕਿਸੇ ਵੀ ਗੱਲ ਦਾ। ਹਜੇ ਹਰੇਕ ਵੀਡੀਓ 'ਚ ਕਹਿ ਦੂ ਲੱਚਰਤਾ ਦਾ ਮਾਪਦੰਡ ਕੀ ਆ, ਉਹ ਲੱਚਰਤਾ ਦਾ ਮਾਪਦੰਡ ਕੀ ਹੁੰਦਾ? ਤੈਨੂੰ ਅਜੇ ਤੱਕ ਇੰਨੀ ਅਕਲ ਨਹੀਂ ਆਈ, ਹੁਣ ਤਾਂ ਤੈਨੂੰ ਕਹਿੰਦੇ ਨੇ ਵੱਡਾ ਤਰਕਬਾਦੀ ਆ, ਬੜਾ ਸਿਆਣਾ ਆ, ਤੈਨੂੰ ਅਜੇ ਤੱਕ ਇੰਨਾ ਨਹੀਂ ਪਤਾ ਕਿ ਲੱਚਰਤਾ ਦਾ ਮਾਪਦੰਡ ਕੀ ਆ? ਲੱਖ ਲਾਣਤ ਆ ਤੇਰੇ 'ਤੇ। ਮੇਰੀ ਇੱਕ ਵੀ ਗੱਲ ਦਾ ਜਵਾਬ ਹੁੰਦਾ ਤੇਰੇ ਕੋਲ ਜਾਂ ਤੇਰੇ ਚੇਲਿਆਂ ਦੇ ਕੋਲ? ਜਬਲੀਆਂ ਮਰੀ ਜਾਂਦੇ ਹੋ ਅਖੇ ਜੀ, ਪਹਿਲਾਂ ਹਿੰਦੀ ਫਿਲਮਾਂ ਬੰਦ ਕਰਾ ਲਓ ਨਾ, ਕੀ ਗੱਲ ਤੁਸੀਂ ਆਪ ਬੰਦ ਨਹੀਂ ਕਰਨਾ? ਅਖੇ ਜੀ ਪਹਿਲਾਂ ਦੂਜਾ ਬੰਦਾ ਕੰਮ ਬੰਦ ਕਰਿਆ ਗਲਤ, ਫੇਰ ਬੰਦ ਕਰਾਂਗੇ। ਕਹਿੰਦੇ ਹੋ ਉਦਾਹਰਨ ਦੇਣ ਲੱਗ ਜਾਣਗੇ ਸਕਰਟਾਂ ਦੀਆਂ, ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਛੋਟੇ ਛੋਟੇ ਕੱਪੜੇ ਪਾਉਣ, ਤੁਸੀਂ ਇਜਾਜ਼ਤ ਦਿੰਦੇ ਹੋ? ਕੋਈ ਨਹੀਂ ਦਿੰਦਾ ਤੁਹਾਡੇ ਚੋਂ। ਈਵਨ ਕਿ ਤੁਸੀਂ ਆਪਣੇ ਪਰਿਵਾਰ ਦੀ ਧੀ ਭੈਣ ਦੀ ਆਪਣੇ ਪੇਜ 'ਤੇ ਫੋਟੋ ਵੀ ਅਪਲੋਡ ਨਹੀਂ ਕਰਦੇ, ਉਹਨਾਂ ਦਾ ਤਾਂ ਬਹੁਤ ਫਿਕਰ ਆ। ਅਤੇ ਗੀਤਾਂ ਦੇ ਵਿੱਚ ਤੁਸੀਂ ਕੁੜੀਆਂ ਨੂੰ ਨੰਗੀਆਂ ਨਜਾ ਦਿੰਦੇ ਹੋ, ਜੇ ਤਾਂ ਦਾਵਾਂ ਤਾਂ ਗੱਲ ਦੱਸ ਜੇ ਆਪਾਂ